ਪ੍ਰੈਕਟੀਕਲ ਜਿਓਮੈਟਰੀ ਕੋਣਾਂ ਦਾ ਨਿਰਮਾਣ। ਆਓ ਹੁਣ ਅਸੀਂ ਸਿੱਖੀਏ ਕਿ ਇੱਕ ਦਿੱਤੇ ਹੋਏ ਕੋਣ ਅਰਥਾਤ ਡੀ ਨੂੰ ਕੋਣ ਮਾਪਕ ਦੀ ਵਰਤੋਂ ਕਰਦੇ ਹੋਏ ਕਿਸ ਤਰ੍ਹਾਂ ਮਾਪਿਆ ਜਾ ਸਕਦਾ ਹੈ। ਆਓ ਇੱਕ ਕੋਣ ਏ ਓ ਬੀ ਬਣਾਈਏ। ਹੁਣ ਕੋਣ ਮਾਪਕ ਦੇ ਸਿੱਧੇ ਕੋਨੇ ਅਰਥਾਤ ਡੀ ਨੂੰ ਕੋਣ ਦੇ ਇੱਕ ਪਾਸੇ ਤੇ ਰੱਖੋ। ਇਹ ਯਕੀਨੀ ਬਣਾਓ ਕਿ ਕੋਣ ਮਾਪਕ ਦਾ ਕੇਂਦਰ ਬਿੰਦੂ ਸਿਖਰ ਓ ਨਾਲ ਮਿਲ ਜਾਵੇ। ਹੁਣ ਡੀ ਤੇ ਡਿਗਰੀ ਨੂੰ ਨੋਟ ਕਰੋ। ਇਹ 50 ਡਿਗਰੀ ਹੈ, ਇਸ ਲਈ ਕੋਣ ਏ ਓ ਬੀ ਦਾ ਮਾਪ 50 ਡਿਗਰੀ ਹੈ।